1984 इंदिरा गांधी के कतल तो बाद दिल्ली विच दंगे भड़क उठे। सिखां दी बहुत कतलोगारत हुई। आप दा एक सिख इन्हां दिनां विच आप दे दर्शन करन सवेरे सवेरे डेरे गया। आप कहन लगे जपजी साहब सुना। ਉਹ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਉਹ ਦਿੱਲੀ ਵਿੱਚ ਹੋ ਰਹੀ ਕੱਟ ਵੱਟ ਦੀ ਹਾਲਤ ਸੰਤਾਂ ਨੂੰ ਦੱਸੀ। ਕਿਵੇਂ ਸਿੱਖਾਂ ਦਾ ਘਾਣ ਹੋ ਰਿਹਾ। ਅਗਲੇ ਦਿਨ ਜਦੋਂ ਉਹ ਸਿੱਖ ਸਵੇਰੇ ਸਵੇਰੇ ਦਰਸ਼ਨ ਕਰਨ ਆਇਆ, ਸੰਤ ਮਹਾਰਾਜ ਕਹਿਣ ਲੱਗੇ, ਗਿਆਨੀ ਅੱਜ ਮੇਰੀ ਗੱਠੜੀ ਗਵਾਚ ਗਈ। ਕੱਲ੍ਹ ਉੱਥੇ ਫਿਰਦੇ ਰਹੇ ਜਿੱਥੇ ਕੱਟ ਵੱਢ ਹੁੰਦੀ ਰਹੀ ਸੀ, ਦੇਹ ਕਰਕੇ ਉਹ ਇੱਥੇ ਡੇਰੇ ਹੀ ਰਹੇ, ਪਰ ਸੂਖਮ ਸਰੀਰ ਨਾਲ ਉਹ ਬੇਦੋਸ਼ੇ ਸਿੱਖਾਂ ਦੇ ਹੋ ਰਹੇ ਕਤਲ ਵਿੱਚ ਦਰਦ ਵੰਡਾਉਣ ਦਿੱਲੀ ਫਿਰਦੇ ਰਹੇ। ਐਸੇ ਬੇਅੰਤ ਸੰਤ ਸਨ ਸੰਤ ਜੀ ਮਹਾਰਾਜ। ਇੱਕ ਨੌਜਵਾਨ ਬੱਚੂ ਸੰਗਤ ਵਿੱਚ ਆਉਂਦਾ, ਦਰਸ਼ਨ ਕਰਦਾ, ਪਿੱਛੇ ਬੈਠਾ ਰਹਿੰਦਾ। ਕਈ ਵਾਰੀ ਸੰਤ ਕਿਰਪਾ ਕਰਕੇ ਬੁਲਾ ਲੈਂਦੇ, ਉਹਦਾ ਹੱਥ ਫੜਦੇ, ਪਿਆਰ ਕਰਦੇ ਅਤੇ ਪੋਥੀ ਪੜ੍ਹਨ ਲਾ ਦਿੰਦੇ। ਉਸ ਨੌਜਵਾਨ ਨੂੰ ਬੜਾ ਚੰਗਾ ਲੱਗਦਾ। ਜਦੋਂ ਪੂਰਨ ਸਾਧ ਨੇ ਹੱਥ ਫੜ ਲਿਆ ਤਾਂ ਇੰਝ ਲੱਗਦਾ ਜਿਵੇਂ ਸੱਚੀ ਮੁੱਚੀ ਰੱਬ ਨੇ ਹੱਥ ਫੜ ਲਿਆ ਹੋਵੇ। ਹੈ ਵੀ ਇਹ ਗੱਲ ਸੱਚ। ਉਹਨੇ ਪਿਆਰ ਨਾਲ ਪੋਥੀ ਪੜ੍ਹਨੀ। ਇੱਕ ਦਿਨ ਉਸ ਮੁੰਡੇ ਨੂੰ ਪੋਥੀ ਪੜ੍ਹਨ ਲਈ ਸੰਤਾਂ ਨੇ ਬੁਲਾ ਲਿਆ। ਉਹ ਪੋਥੀ ਪੜ੍ਹਨ ਲੱਗ ਪਿਆ। ਬਾਬਾ ਜੀ ਸੁਣਦੇ ਰਹੇ। ਕੁਝ ਦੇਰ ਬਾਅਦ ਉੱਠ ਕੇ ਆਪ ਘਰ ਚਲੇ ਗਏ। ਉਹ ਮੁੰਡਾ ਲੱਗਾ ਰਿਹਾ, ਘੰਟਾ ਦੋ ਘੰਟੇ ਬੀਤ ਗਏ, ਉਹ ਥੱਕ ਗਿਆ ਪਰ ਪੜ੍ਹਨੋਂ ਹਟਿਆ ਨਾ। ਸੋਚਿਆ ਜੇ ਹਟ ਗਿਆ ਤਾਂ ਸੰਤ ਆ ਕੇ ਗੁੱਸੇ ਹੋਣਗੇ, ਨਾਲ ਨਾਲ ਪੜ੍ਹੀ ਜਾਵੇ, ਨਾਲ ਹੀ ਅੱਖ ਘੁਮਾ ਕੇ ਗਲੀ ਵੱਲ ਵੇਖ ਲਵੇ ਕਦੋਂ ਸੰਤ ਆਉਂਦੇ ਹਨ। ਜਦੋਂ ਸੰਤ ਆਏ ਤਾਂ ਆਉਂਦੇ ਸਾਰ ਕਹਿਣ ਲੱਗੇ, ਜੇ ਥੱਕ ਗਿਆ ਤਾਂ ਛੱਡ ਦੇ। ਸੁਰਤ ਤਾਂ ਗਲੀ ਵੱਲ ਸੀ, ਕਦੋਂ ਬਾਬਾ ਆਵੇ ਤਾਂ ਛਡਾਵੇ। ਮਨ ਕਰਕੇ ਪੜ੍ਹੋ, ਜੇ ਥੱਕ ਜਾਓ ਤਾਂ ਛੱਡ ਦਿਓ। ਸਾਹ ਲੈ ਕੇ ਫਿਰ ਸਹੀ, ਚੱਲ ਉੱਠ ਹੁਣ ਲੱਸੀ ਪੀ, ਪਹਿਰੇ ਲੱਗ ਜਾ। ਉਹ ਮੁੰਡੇ ਨੇ ਲੱਸੀ ਦਾ ਪਾਟਾ ਛਕਿਆ ਅਤੇ ਘਰ ਨੂੰ ਤੁਰ ਪਿਆ।